ਸਾਡਾ ਪੰਜਾਬੀ ਵਿਰਸਾ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਪੰਜਾਬ ਪੰਜਾਬੀਅਤ ਅਤੇ ਪੰਜਾਬੀ ਵਿਰਸੇ ਨੂੰ ਆਉਣ ਵਾਲੀਆਂ ਪੰਜਾਬੀਆਂ ਦੀਆਂ ਨਵੀਆਂ ਪੀੜ੍ਹੀਆਂ ਲਈ ਜਿਉਂਦਾ ਰੱਖਣ ਲਈ ਇਹਨਾਂ ਵੀਡੀਓ ਰਾਹੀਂ ਇਸ ਚੈਨਲ ਦਾ ਇੱਕ ਛੋਟਾ ਜਿਹਾ ਉਪਰਾਲਾ ਹੈ ਇਸ ਚੈਨਲ ਦੀ ਕਿਸੇ ਵੀ ਵੀਡੀਓ ਉੱਤੇ ਕਿਸੇ ਵੀ ਗਾਇਕ ਗੀਤਕਾਰ ਸੰਗੀਤਕਾਰ ਜਾਂ ਕਿਸੇ ਵੀ ਵਿਅਕਤੀ ਨੂੰ ਕੋਈ ਸ਼ਿਕਾਇਤ ਸੁਝਾਅ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਅਸਹਿਮੀਅਤ ਹੋਵੇ ਤਾਂ ਹੇਠ ਲਿਖੇ ਪਤੇ ਤੇ ਸੰਪਰਕ ਕਰ ਸਕਦਾ ਹੈ ਦੋਸਤੋ ਆਪਾਂ ਗੱਲ ਕਰਦੇ ਹਾਂ ਦੋ ਗਾਣਾ ਗਾਇਕੀ ਦੇ ਬਾਦਸ਼ਾਹ ਅਮਰ ਸਿੰਘ ਚਮਕੀਲਾ ਜੀ ਬਾਰੇ ਸਮੇਂ ਸਮੇਂ ਤੇ ਸਾਡੇ ਵੱਲੋਂ ਚਮਕੀਲਾ ਜੀ ਨਾਲ ਜੁੜੇ ਹਰ ਉਹ ਕਿੱਸੇ ਨੂੰ ਤੁਹਾਡੇ ਤੱਕ ਪਹੁੰਚਾਇਆ ਜੋ ਉਹਨਾਂ ਦੇ ਜੀਵਨ ਨਾਲ ਜੁੜਿਆ ਪੜ੍ਹਿਆ ਗਿਆ ਸਾਡੇ ਵੱਲੋਂ ਜਿਵੇਂ ਕਿ ਪਿਛਲੀ ਵੀਡੀਓ 'ਚ ਅਸੀਂ ਅਮਰਜੋਤ ਤੇ ਅਮਰ ਸਿੰਘ ਚਮਕੀਲਾ ਜੀ ਦੀ ਲਵ ਮੈਰਿਜ ਦੇ ਤਿੰਨ ਭਾਗ ਤੁਹਾਡੇ ਰੂਬਰੂ ਕੀਤੇ ਸਨ ਇਸ ਵੀਡੀਓ 'ਚ ਅਸੀਂ ਦੱਸਾਂਗੇ ਜਿਵੇਂ ਕਿ ਟਾਈਟਲ ਦਿੱਤਾ ਹੈ ਦਫ਼ਤਰ ਵਿੱਚ ਪੁਲਿਸ ਆਉਣ ਤੇ ਚਮਕੀਲਾ ਇੱਕਦਮ ਕਿਉਂ ਡਰ ਗਿਆ ਪਰ ਗੱਲ ਤੇ ਕੁਝ ਹੋਰ ਸੀ ਇਹ ਕਿੱਸਾ ਪੂਰਾ ਚਮਕੀਲਾ ਜੀ ਨਾਲ ਜੁੜਿਆ ਅਸੀਂ ਪੜ੍ਹ ਕੇ ਸੁਣਾ ਰਹੇ ਹਾਂ ਸ਼ਹੀਦ ਕਿਤਾਬ ਬਲਰਾਜ ਸਿੰਘ ਸਿੱਧੂ ਦੀ ਭਾਗ 32 ਤੋਂ ਇੱਕ ਪੁਲਿਸ ਦੀ ਗੱਡੀ ਆ ਕੇ ਅਚਾਨਕ ਅਮਰ ਸਿੰਘ ਚਮਕੀਲਾ ਦੇ ਦਫ਼ਤਰ ਮੂਹਰੇ ਰੁਕੀ ਗੱਡੀ ਵਿੱਚੋਂ ਇੱਕ DSP ਤੇ ਕੁਝ ਸਿਪਾਹੀ ਉਤਰ ਕੇ ਚਮਕੀਲੇ ਦੇ ਦਫ਼ਤਰ ਵਿੱਚ ਤੁਸ ਦੇਣੇ ਜਾ ਵੜੇ ਹਰਜੀਤ ਗਿੱਲ ਉਸ ਦਿਨ ਦਫ਼ਤਰ ਵਿੱਚ ਬੈਠਾ ਸੀ ਤੇ ਚਮਕੀਲਾ ਦਫ਼ਤਰ ਦੇ ਬਾਹਰ ਛੋਲੇ ਕੁਲਚਿਆਂ ਵਾਲੀ ਰੇਹੜੀ ਤੇ ਖੜਾ ਕਿਸੇ ਨਾਲ ਗੱਲਾਂ ਕਰ ਰਿਹਾ ਸੀ ਚਮਕੀਲੇ ਨੇ ਜਿਉਂ ਹੀ ਆਪਣੇ ਦਫ਼ਤਰ ਵਿੱਚ ਜਾਂਦੇ ਪੁਲਿਸ ਵਾਲੇ ਦੇਖੇ ਤਾਂ ਉਸਦੇ ਸਾਹ ਸੁੱਤੇ ਗਏ ਸਨ ਸਟੋਲ ਸਰੀਰ ਤੇ ਲੰਬਾ ਕੱਦ ਹੋਣ ਦੇ ਬਾਵਜੂਦ ਵੀ ਉਹ ਸੁਭਾਅ ਦਾ ਬਹੁਤ ਡਰੂ ਸੀ ਸ਼ਾਇਦ ਇਸ ਪਿੱਛੇ ਬਚਪਨ ਤੋਂ ਹੰਡਾਈ ਉਸਦੀ ਗਰੀਬੀ ਦਾ ਹੱਥ ਸੀ ਇਹ ਵੀ ਇੱਕ ਹਕੀਕਤ ਸੀ ਕਿ ਚਮਕੀਲੇ ਦੇ ਗੀਤ ਸੁਣ ਕੇ ਲੋਕਾਂ ਵਿੱਚ ਜੋਸ਼ ਆ ਜਾਂਦਾ ਸੀ ਤੇ ਉਹ ਆਪਣੇ ਆਪ ਨੂੰ ਦਲੇਰ ਅਤੇ ਖਾੜਕੂ ਸਮਝਣ ਲੱਗ ਜਾਂਦੇ ਸਨ ਚਮਕੀਲੇ ਦੇ ਗੀਤਾਂ ਦੇ ਪਾਤਰ ਅਕਸਰ ਵੈਲੀ ਬਦਮਾਸ਼ ਅਤੇ ਲੜਾਕੇ ਹੋਇਆ ਕਰਦੇ ਸਨ ਪਰ ਅਸਲ ਜ਼ਿੰਦਗੀ ਵਿੱਚ ਚਮਕੀਲਾ ਬਹੁਤ ਸਾਊ ਨਿਮਾਣਾ ਨਰਮ ਰਹਿਮ ਦਿਲ ਤੇ ਨਿਮਰ ਸੁਭਾਅ ਦਾ ਸੀ ਚਮਕੀਲੇ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਸੀ ਉਸ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਕਰੇ ਤਾਂ ਕੀ ਕਰੇ ਉਹ ਅੱਖ ਬਚਾ ਕੇ ਉੱਥੋਂ ਭੱਜ ਜਾਵੇ ਜਾਂ ਦਫ਼ਤਰ ਵਿੱਚ ਜਾ ਕੇ ਪੁਲਿਸ ਦੇ ਆਉਣ ਦਾ ਕਾਰਨ ਪਤਾ ਕਰੇ ਕੁਝ ਪਲਾਂ ਦੀਆਂ ਜਕਾਂ ਤਕਾਂ ਉਪਰੰਤ ਉਸਦੇ ਮਨ ਅੰਦਰੋਂ ਆਵਾਜ਼ ਆਈ ਸੀ ਕਿ ਤੂੰ ਕਿਹੜਾ ਕੋਈ ਗੁਨਾਹ ਕੀਤਾ ਹੈ ਜੋ ਪੁਲਿਸ ਨੂੰ ਦੇਖ ਕੇ ਭੱਜਦਾ ਫਿਰੇ ਚਮਕੀਲਾ ਮਨ ਕਰੜਾ ਜਿਹਾ ਕਰਕੇ ਜਿਉਂ ਹੀ ਆਪਣੇ ਦਫ਼ਤਰ ਵੱਲ ਜਾਣ ਲੱਗਾ ਸੀ ਤਾਂ ਉਸਨੂੰ ਯਾਦ ਆ ਗਿਆ ਕਿ 2 ਕੁ ਦਿਨ ਪਹਿਲਾਂ ਇੱਕ ਮੇਲੇ ਦੇ ਪ੍ਰੋਗਰਾਮ ਵਿੱਚ ਉਸਨੇ ਸਟੇਜ ਤੋਂ ਕੁਝ ਚਾਂਬਲੇ ਹੋਏ ਪੁਲਸੀਆਂ ਨੂੰ ਮਖੌਲ ਕੀਤੇ ਸਨ ਚਮਕੀਲੇ ਨੂੰ ਚੌੜ ਵਿੱਚ ਆ ਕੇ ਕਰੀਆਂ ਹੋਈਆਂ ਟਿੱਚਰਾਂ ਯਾਦ ਆ ਗਈਆਂ ਸਨ ਲੈ ਬਾਈ ਚਮਕੀਲਿਆ ਹੁਣ ਤਾਂ ਪੱਕਾ ਫੈਟਾ ਚੜੂ ਦੀ ਮਨ ਬਚਨੀ ਕਰਦਾ ਚਮਕੀਲਾ ਆਪਣੇ ਦਫ਼ਤਰ ਤੋਂ ਉਲਟ ਦਿਸ਼ਾ ਨੂੰ ਮੁੜਨ ਲੱਗਾ ਹੀ ਸੀ ਤਾਂ ਹਰਜੀਤ ਗਿੱਲ ਨੇ ਅੰਦਰੋਂ ਆ ਕੇ ਹਾਕ ਮਾਰ ਦਿੱਤੀ ਸੀ ਸੁੱਖ ਹੈ ਚਮਕੀਲੇ ਦੇ ਕੰਬਦੇ ਹੋਏ ਬੁੱਲਾਂ ਵਿੱਚੋਂ ਮਸਾ ਹੀ ਨਿਕਲਿਆ ਸੀ ਹਾਂਜੀ ਉਹ ਪ੍ਰੋਗਰਾਮ ਬੁੱਕ ਕਰਨ ਆਏ ਆ ਗਿੱਲ ਨੇ ਦੱਸਿਆ ਤਾਂ ਮਸਾ ਚਮਕੀਲੇ ਦੀ ਜਾਨ ਵਿੱਚ ਜਾਣ ਪਈ ਸੀ ਉਹ ਦਫ਼ਤਰ ਵਿੱਚ ਗਿਆ ਸੀ ਤਾਂ DSP ਤੇ ਬਾਕੀ ਸਾਰੇ ਉਸਦੇ ਨਾਲ ਦੇ ਪੁਲਸੀਏ ਚਮਕੀਲੇ ਨੂੰ ਜੱਫੀ ਪਾ ਕੇ ਮਿਲੇ ਸਨ ਉਹਨਾਂ ਨੂੰ ਬੈਠਣ ਦਾ ਇਸ਼ਾਰਾ ਕਰਕੇ ਚਮਕੀਲਾ ਹੱਥ ਜੋੜ ਕੇ ਨਿਮਰਤਾ ਨਾਲ ਖੜ ਗਿਆ ਸੀ ਹੁਕਮ ਕਰੋ ਸਰਕਾਰ ਪ੍ਰੋਗਰਾਮ ਬੁੱਕ ਕਰਨ ਆਏ ਸੀ ਯਾਰ ਤੇਰਾ ਬੰਦਾ ਕਹਿੰਦਾ ਪਹਿਲਾਂ ਦਾ ਹੀ ਬੁੱਕ ਆ ਕਿਸੇ ਦਾ ਉਦਣ ਦਾ ਪ੍ਰੋਗਰਾਮ ਮੈਂ ਦੇਖ ਲੈਣਾ ਗਿੱਲ ਕਿੱਧਰ ਦਾ ਪ੍ਰੋਗਰਾਮ ਤੇ ਕਿੱਥੇ ਹੈ ਚਮਕੀਲਾ ਡੈਰੀ ਖੋਲਦਾ ਹੋਇਆ ਬੋਲਿਆ ਸੀ ਪੰਥਰਪੁਰ ਪ੍ਰੋਗਰਾਮ ਆ ਜੀ ਇਹਨਾਂ ਦਾ 31/2/88 ਨੂੰ ਗਿੱਲ ਡੈਰੀ ਵਿੱਚ ਬੁੱਕ ਹੋਇਆ ਹੋਰ ਜਗ੍ਹਾ ਦਾ ਪ੍ਰੋਗਰਾਮ ਦਿਖਾਉਣ ਲੱਗ ਪਿਆ ਸੀ ਚਮਕੀਲਾ ਡੈਰੀ ਦੇ ਬੁੱਕ ਹੋਏ ਉਸ ਦਿਨ ਦੇ ਪੰਨੇ ਨੂੰ ਗੌਰ ਨਾਲ ਦੇਖਣ ਲੱਗ ਪਿਆ ਸੀ ਉਹ ਦੇਖਦਾ ਹੋਇਆ ਸੋਚ ਰਿਹਾ ਸੀ ਕਿ ਸਾਹਮਣੇ ਬੈਠੇ ਪੁਲਿਸ ਵਾਲਿਆਂ ਨੂੰ ਹੁਣ ਕੀ ਜਵਾਬ ਦੇਵੇ ਕਿਉਂਕਿ ਉਸ ਲਈ ਪੁਲਿਸ ਵਾਲਿਆਂ ਦਾ ਅਖਾੜਾ ਲਗਾਉਣਾ ਅਸੰਭਵ ਸੀ ਕੁਝ ਦੇਰ ਜਦੋਂ ਚਮਕੀਲਾ ਕੁਝ ਨਹੀਂ ਸੀ ਬੋਲਿਆ ਤਾਂ DSP ਨਾਲ ਆਇਆ ਹੌਲਦਾਰ ਪਰਮਿੰਦਰ ਸਿੰਘ ਧਾਲੀਵਾਲ ਬੋਲਿਆ ਸੀ ਹਾਂ ਫਿਰ ਦੱਸ ਕੁਝ ਮਾਲਕੋ ਮਾਫ਼ੀ ਮੰਗਦਾ ਮੈਂ ਅਖਾੜਾ ਨਹੀਂ ਲਾ ਸਕਦਾ ਉਦਣ ਮੇਰਾ ਗੁਰ ਭਾਈ ਆ ਪਾਰਸ ਬਹੁਤ ਵਧੀਆ ਗਾਉਂਦਾ ਮੈਂ ਆਪਣੀ ਥਾਂ ਪਾਰਸ ਨੂੰ ਭੇਜ ਦਿੰਦਾ ਨਿਮਰਤਾ ਨਾਲ ਚਮਕੀਲੇ ਨੇ ਹੱਥ ਜੋੜ ਦਿੱਤੇ ਸਨ ਚਮਕੀਲਿਆ ਗਾਵੇਂਗਾ ਤਾਂ ਤੂੰ ਹੀ ਚਾਹੇ ਸਾਨੂੰ ਘੜੀਸ ਕੇ ਨਾ ਲੈ ਜਾਣਾ ਪਵੇ DSP ਰੋਬ ਨਾਲ ਬੋਲਿਆ ਸੀ ਉਹ ਤਾਂ ਜੇ ਤੋਰ ਕੇ ਲਿਜਾਵੋਗੇ ਮੈਂ ਤਾਂ ਵੀ ਚਲਾ ਜਾਊਂਗਾ ਪਰ ਤੁਸੀਂ ਮੇਰਾ ਸਰੀਰ ਲੈ ਜਾਓਗੇ ਮੇਰੇ ਅੰਦਰਲੇ ਕਲਾਕਾਰ ਨੂੰ ਨਹੀਂ ਮੋਤੀ ਵਾਲਿਓ ਮੈਂ ਖੁੱਲ੍ਹ ਕੇ ਗਾ ਨਹੀਂ ਸਕੂੰਗਾ ਮੇਰੇ ਮਨ ਅੰਦਰ ਕਿਸੇ ਹੋਰ ਦਾ ਬੁੱਕ ਹੋਇਆ ਪ੍ਰੋਗਰਾਮ ਛੱਡਣ ਦਾ ਦੁੱਖ ਹੋਵੇਗਾ
ਦਿਮਾਗ ਉੱਪਰ ਬੋਝ ਰੱਖ ਕੇ ਮੈਂ ਕਿਵੇਂ ਗਾਵਾਂਗਾ। ਵਿਚਾਰਾ ਜਿਹਾ ਬਣੇ ਬੈਠੇ ਚਮਕੀਲੇ ਨੂੰ ਦੇਖ ਕੇ ਡੀਐਸਪੀ ਢਿੱਲਾ ਪੈ ਗਿਆ ਸੀ। ਦੇਖ ਚਮਕੀਲਿਆ, ਮੈਂ ਤੇਰਾ ਬਹੁਤ ਵੱਡਾ ਫੈਨ ਆ, ਬੜੀ ਆਸ ਲੈ ਕੇ ਆਏ ਸੀ, ਸਾਡਾ ਦਿਲ ਨਾ ਤੋੜ, ਜਿਵੇਂ ਮਰਜ਼ੀ ਹੇਠ ਉੱਤੇ ਕਰਕੇ ਸਾਡਾ ਪ੍ਰੋਗਰਾਮ ਕਰ। ਚਮਕੀਲੇ ਦੇ ਚਿਹਰੇ ਉੱਪਰੋਂ ਭੈ ਉੱਡ ਗਿਆ ਤੇ ਰੌਣਕ ਆ ਗਈ ਸੀ। ਜੇ ਇਹ ਗੱਲ ਆ ਤਾਂ ਇੱਕ ਕੰਮ ਕਰ ਦਿਓ, 2 ਵਜੇ ਸਾਡਾ ਪਹਿਲਾ ਪ੍ਰੋਗਰਾਮ ਮੁੱਕਣਾ ਤੇ ਉੱਥੋਂ ਸਾਨੂੰ ਤੁਹਾਡੇ ਕੋਲੋਂ ਆਉਣ ਨੂੰ 3 ਘੰਟੇ ਲੱਗਣੇ ਆ। ਤੁਸੀਂ ਆਪਣਾ ਪ੍ਰੋਗਰਾਮ 5 ਵਜੇ ਤੋਂ ਬਾਅਦ ਦਾ ਰੱਖ ਲਓ, ਫਿਰ ਮੈਂ ਉਡਾ ਦੂੰ ਬੂੰਦੀਆਂ, ਭਾਵੇਂ 6 ਵਜੇ ਆ ਜੀ, ਡੀਐਸਪੀ ਝੱਟ ਬੋਲਿਆ ਸੀ। ਚਮਕੀਲੇ ਨੇ ਪ੍ਰੋਗਰਾਮ ਬੁੱਕ ਕਰਕੇ ਉਹਨਾਂ ਲਈ ਚਾਹ ਪਾਣੀ ਮੰਗਵਾ ਲਿਆ ਸੀ। ਜਦੋਂ ਉੱਠ ਕੇ ਬਾਹਰ ਜਾਣ ਲੱਗੇ ਸਨ ਤਾਂ ਚਮਕੀਲਾ ਉਹਨਾਂ ਨੂੰ ਸਤਿਕਾਰ ਵਜੋਂ ਉਹਨਾਂ ਦੀ ਗੱਡੀ ਤੱਕ ਛੱਡਣ ਚਲਾ ਗਿਆ ਸੀ। ਗੱਡੀ ਵਿੱਚ ਬੈਠ ਕੇ ਡੀਐਸਪੀ ਚਮਕੀਲੇ ਨਾਲ ਹੱਥ ਮਿਲਾਉਣ ਲੱਗ ਪਿਆ ਸੀ। ਚਮਕੀਲੇ, ਤੇਰੇ ਨਾਲ ਇੱਕ ਹੋਰ ਗਿਲਾ ਯਾਰ, ਤੂੰ ਦਿਓਰਾਂ ਭਰਜਾਈਆਂ ਜੇਠਾਂ ਜੀਜੇ ਸਾਲੀਆਂ ਦੇ ਡਰਾਈਵਰਾਂ ਦੇ ਗੀਤ ਬਥੇਰੇ ਗਾਏ ਨੇ, ਪਰ ਪੁਲਿਸ ਵਾਲਿਆਂ ਦਾ ਇੱਕ ਨਹੀਂ ਗਾਇਆ। ਉਹ ਡਰਦੇ ਨੇ ਨਹੀਂ ਗਾਇਆ ਬਾਈ, ਢਾ ਕੇ ਕੁੱਟੋ ਨਾ। ਵੈਸੇ ਇੱਕ ਨਵਾਂ ਗੀਤ ਵਿੱਚ ਮੈਂ ਕਿਹਾ ਸੀ, ਪੁਲਿਸ ਡਰਾਈਵਰ ਤੇ ਗਾਉਣ ਵਾਲੇ ਸਾਰੇ ਇੱਕੋ ਕੋਠੀ ਦੇ ਤਾਲੇ। ਕੀ ਚਮਕੀਲੇ ਨੂੰ ਮੈਂ ਕਹਿਣਾ ਇਹਦਾ ਕਿਹੜਾ ਕੋਠੜਾ ਢਹਿਣਾ, ਪੁੱਠੇ ਰਾਹ ਪੈਂਦੇ ਨੇ, ਅੱਖ ਨਾਲ ਤੀਵੀਂ ਦੀ ਤਲਾਸ਼ੀ ਲੈਂਦੇ ਨੇ। ਡੀਐਸਪੀ ਨੇ ਚਮਕੀਲੇ ਦਾ ਹੱਥ ਘੁੱਟ ਲਿਆ ਸੀ ਤੇ ਮੁਸਕਰਾ ਕੇ ਉਸ ਤੋਂ ਰੁਖਸਤੀ ਲੈਂਦਿਆਂ ਗੱਡੀ ਨੂੰ ਚਲਾਉਣ ਦਾ ਆਪਣੇ ਡਰਾਈਵਰ ਨੂੰ ਆਦੇਸ਼ ਦੇ ਦਿੱਤਾ ਸੀ। ਇਹ ਕਿੱਸਾ ਦੋਸਤੋ ਅਸੀਂ ਪੜ੍ਹ ਕੇ ਸੁਣਾਇਆ ਹੈ ਬਲਰਾਜ ਸਿੰਘ ਸਿੱਧੂ ਦੀ ਸ਼ਹੀਦ ਕਿਤਾਬ ਭਾਗ 32 ਤੋਂ। ਦੋਸਤੋ ਆਸ ਕਰਦੇ ਹਾਂ ਤੁਹਾਨੂੰ ਇਹ ਚਮਕੀਲਾ ਜੀ ਨਾਲ ਜੁੜਿਆ ਕਿੱਸਾ ਚੰਗਾ ਲੱਗਿਆ ਹੋਵੇਗਾ। ਜਲਦ ਮਿਲਾਂਗੇ ਨਵੀਂ ਵੀਡੀਓ ਲੈ ਕੇ, ਹੁਣ ਲਈ ਦਿਓ ਇਜਾਜ਼ਤ ਸਾਡਾ ਪੰਜਾਬੀ ਵਿਰਸਾ ਪ੍ਰੀਤ ਡੁਗਰੀ ਦੇ ਨਾਲ।